ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅਤੇ ਇਹ ਬਲੌਗ ਹੈਗਾ 6 ਅਗਸਤ ਦਾ। ਮੇਰੇ ਬ੍ਰਦਰ ਅਤੇ ਸਿਸਟਰ ਦਾ ਸੀਗਾ ਬਰਥਡੇ, ਉਹ ਟਵਿਨਸ ਨੇ, ਅਤੇ ਉਹਨਾਂ ਦੇ ਬਰਥਡੇ ਦੀ ਇੱਕ ਛੋਟੀ ਜਿਹੀ ਕੇਕ ਕਟਿੰਗ ਸੈਰੇਮਨੀ ਰੱਖੀ ਸੀ। ਉਹਦੇ 'ਚ ਮੇਰੀ ਸਿਸਟਰ ਦੀ ਫਰੈਂਡਸ, ਮੇਰੇ ਬ੍ਰਦਰ ਦੇ ਫਰੈਂਡਸ ਅਤੇ ਸਾਡੀ ਫੈਮਿਲੀ ਇਕੱਠੀ ਹੋਈ ਸੀ। ਮੈਂ ਤੁਹਾਨੂੰ ਅੱਗੇ ਅੱਗੇ ਵਿਖਾਵਾਂਗੀ ਕਿ ਕੌਣ ਕੌਣ ਇਹਦੇ 'ਚ ਬਰਥਡੇ 'ਚ ਆਇਆ ਸੀ। ਅਤੇ ਇਹ ਖੜੀ ਹੈ ਮੋਟੋ, ਉਹ ਮੇਰੇ ਚਾਚੇ ਦਾ ਮੁੰਡਾ ਹੈ। ਅਤੇ ਇਹ ਹੈਗੀ ਆ ਮੈਂ, ਅਤੇ ਅੱਗੇ ਅੱਗੇ ਤੁਹਾਨੂੰ ਮੈਂ ਹੋਰ ਵੀ ਆਪਣੇ ਫੈਮਿਲੀ ਮੈਂਬਰਸ। ਵਾਈਟ ਗ੍ਰੀਨ ਸ਼ਰਟ ਵਾਲਾ ਹੈਗਾ ਮੇਰਾ ਬ੍ਰਦਰ, ਇਹਦਾ ਬਰਥਡੇ ਸੀ। ਅਤੇ ਇਹ ਮੇਰੀ ਸਿਸਟਰ ਹੈ, ਇਹਦਾ ਬਰਥਡੇ ਸੀ। ਇਹ ਦੋਨਾਂ ਦਾ ਬਰਥਡੇ ਸੀ। ਅਤੇ ਸਾਈਡ 'ਤੇ ਬੈਠੇ ਨੇ ਮੇਰੇ ਚਾਚੀ, ਅਤੇ ਇੱਧਰ ਖੜ੍ਹਾ ਉਹਨਾਂ ਦਾ ਮੁੰਡਾ। ਰੈੱਡ ਚੁੰਨੀ ਵਾਲੇ ਨੇ ਮੇਰੇ ਮੰਮਾ। ਮੇਰੇ ਪਾਪਾ ਵੀ ਆਉਣਗੇ, ਉਹਨਾਂ ਦਾ ਹੈਲਥ ਇਸ਼ੂ ਆ, ਤਾਂ ਕਰਕੇ ਉਹ ਥੋੜ੍ਹੀ ਦੇਰ ਹੀ ਖੜ੍ਹੇ ਹੋ ਪਾਉਂਦੇ ਨੇ। ਅਤੇ ਉਹ ਹੁਣ, ਹਾਂ, ਇਹ ਪਾਪਾ ਨੇ ਮੇਰੇ। ਤੁਸੀਂ ਦੇਖ ਸਕਦੇ ਹੋ ਸਾਡੀ ਬਹੁਤ ਸਿੰਪਲ ਜਿਹੀ ਫੈਮਿਲੀ ਆ। ਅਤੇ ਇਹਦੇ 'ਚ ਮੇਰੇ ਛੋਟਾ ਵਾਲਾ ਬ੍ਰਦਰ ਅਤੇ ਮੇਰੇ ਚਾਚੂ ਨਹੀਂ ਸੀਗੇ, ਕਿਉਂਕਿ ਉਹਨਾਂ ਨੂੰ ਕੰਮ ਸੀ ਅਤੇ ਉਹ ਇਸ ਕਰਕੇ ਲੇਟ ਹੋ ਜਾਣੇ ਸੀ। ਉਹਨਾਂ ਨੇ ਕਿਹਾ ਤੁਸੀਂ ਕੇਕ ਵਗੈਰਾ ਕਟਿੰਗ ਕਰ ਲਓ। ਇਹ ਹੈਗਾ ਮੇਰੇ ਅੰਕਲ ਦਾ ਬੇਟਾ, ਮੇਰੇ ਬ੍ਰਦਰ ਦਾ ਬੈਸਟ ਫਰੈਂਡ, ਅਤੇ ਇਹ ਵੀ ਅੰਕਲ ਦੇ ਹੀ ਬੇਟੇ ਨੇ ਦੋਨੋਂ। ਇਹ ਦੋਨੋਂ ਭਾਈ ਨੇ ਆਪਸ 'ਚ। ਇਹ ਵੀ ਅੰਕਲ ਦਾ ਛੋਟਾ ਬੇਟਾ, ਮਤਲਬ ਇਹ ਮੇਰੇ ਬ੍ਰਦਰ ਦੇ ਫਰੈਂਡਸ ਲਗਾ ਲਓ, ਚਾਹੇ ਸਾਡੇ ਕਜ਼ਨਸ ਕਹਿ ਲਓ ਉਹ ਨੇ। ਅਤੇ ਇਹ ਆ ਮੈਂ ਅਤੇ ਮੇਰੀ ਫਰੈਂਡ। ਸਾਈਡ 'ਤੇ ਖੜ੍ਹੇ ਨੇ ਮੰਮਾ, ਮਤਲਬ ਸਾਡੇ ਨਾ ਘਰ ਘਰ 'ਚ ਹੀ ਬਰਥਡੇ ਸੈਲੀਬ੍ਰੇਟ ਕਰਦੇ ਹਾਂ। ਛੋਟੇ ਛੋਟੇ ਸੈਲੀਬ੍ਰੇਸ਼ਨਸ ਹੁੰਦੇ ਆ ਜੋ ਵਧੀਆ ਲੱਗਦੇ ਨੇ, ਹੈ ਨਾ, ਗੈਦਰਿੰਗ ਹੋ ਜਾਂਦੀ ਹੈ ਸਭ ਦੀ। ਆਪਣਾ ਬਰਥਡੇ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਹੋ ਗਿਆ ਸੀ। ਹੁਣ ਮੈਂ ਤੁਹਾਨੂੰ ਦੱਸਾਂਗੀ ਸਿੰਪਲ ਫਰਾਈਡ ਰਾਈਸ ਦੀ ਰੈਸਿਪੀ। ਅਗਰ ਤੁਹਾਡੇ ਕੋਲ ਚਾਵਲ ਬਚ ਜਾਂਦੇ ਨੇ, ਹੈ ਨਾ, ਤਾਂ ਤੁਸੀਂ ਉਹਨਾਂ ਨੂੰ ਕਿਵੇਂ ਦੁਬਾਰਾ ਇੰਟਰਸਟਿੰਗ ਰੈਸਿਪੀ ਬਣਾ ਕੇ ਖਾ ਸਕਦੇ ਹੋ ਇਹਦੀ। ਮੈਂ ਇਹਦੇ 'ਚ ਔਇਲ ਲੈ ਲਿਆ ਕੜਾਹੀ 'ਚ। ਹੁਣ ਮੈਂ ਇਹਦੇ 'ਚ ਪਾਈ ਹਾਂ ਬੜੀ ਇਲਾਇਚੀ, ਕਾਲੀ ਮਿਰਚ ਅਤੇ ਲੌਂਗ। ਇਹ ਹੋ ਰਹੇ ਨੇ ਆਪਣੇ, ਅਤੇ ਫਰਾਈਡ ਰਾਈਸ ਬਹੁਤ ਹੀ ਵਧੀਆ ਲੱਗਦੇ ਨੇ, ਸਿੰਪਲ ਤਰੀਕੇ ਨਾਲ ਬਣ ਜਾਂਦੇ ਨੇ। ਪਿਆਜ਼ ਪਤਲੇ ਪਤਲੇ ਕੱਟ ਕੇ ਤੁਸੀਂ ਪਾਉਣੇ ਆ। ਪਿਆਜ਼ ਨੂੰ ਬਰਾਊਨ ਨਹੀਂ ਕਰਨਾ, ਜਸਟ ਸੋਟੇ ਕਰਨਾ ਹੈ 2-3 ਮਿੰਟ ਲਈ। ਆਪਾਂ ਪਿਆਜ਼ ਇਹਦੇ 'ਚ ਪਾਤੇ ਨੇ ਅਤੇ ਪਿਆਜ਼ ਆਪਣੇ ਹੋ ਰਹੇ ਨੇ। ਇਹ ਸਿੰਪਲ ਫਰਾਈਡ ਰਾਈਸ ਹੈ। ਮੈਂ ਤੁਹਾਨੂੰ ਵੈਜ ਫਰਾਈਡ ਰਾਈਸ ਦੀ ਰੈਸਿਪੀ ਵੀ ਬਤਾਊਂਗੀ, ਅਤੇ ਬਹੁਤ ਟੇਸਟੀ ਲੱਗਦੇ ਨੇ, ਈਜ਼ੀ ਬਣ ਜਾਂਦੇ ਨੇ। ਇਹਦੇ 'ਚ ਹੁਣ ਮੈਂ ਐਡ ਕਰਨ ਵਾਲੀ ਹਾਂ ਟਮਾਟਰ। ਟਮਾਟਰ ਮੈਂ ਜ਼ਿਆਦਾ ਲਿੱਤੇ ਸੀ ਕਿਉਂਕਿ ਵਧੀਆ ਲੱਗਦਾ ਉਹਨਾਂ ਦਾ ਟੇਸਟ ਜਦੋਂ ਆਪਾਂ ਨੂੰ ਰਾਈਸ 'ਚ ਆਏ। ਤੁਸੀਂ ਇਹਨੂੰ ਟਮੈਟੋ ਫਰਾਈਡ ਰਾਈਸ ਵੀ ਕਹਿ ਸਕਦੇ ਹੋ ਕਿ ਮੈਂ ਜ਼ਿਆਦਾ ਇਹਦੇ 'ਚ ਟਮਾਟਰ ਹੀ ਪਾਏ ਸੀ, ਅਤੇ ਟਮਾਟਰ ਆਪਾਂ ਨੇ ਐਡ ਕਰਦੇ ਹਾਂ। ਟਮਾਟਰ ਵੀ ਜ਼ਿਆਦਾ ਨਹੀਂ ਪਕਾਉਣੇ ਹੈਗੇ, ਮਤਲਬ ਇਹਨਾਂ ਦਾ ਜੋ ਕੱਚਾਪਨ ਹੈ ਬਸ ਉਹ ਦੂਰ ਹੋ ਜਾਏ। ਅਤੇ ਇਹਦੇ 'ਚ ਟਮਾਟਰ ਆਪਣੇ ਹੋ ਰਹੇ ਨੇ,
सिंपल तरीके नाल मैं राइस बना रही हाँ। तुसी वेख सकते हो 2-4 मिनट तक टमाटर नूं आपां ने पका लेना है। इहदे च हुण मैं ऐड कर रहा हरी मिर्चा, हरी मिर्चा भी आपां ने ऐड करतियां ने। इहनूं मसाले नूं चंगी तरह बना लेना है आपां ने। ते इहनां च तुसी अगर वैज च बनाना चाहुंदे हो ते सिंपल पतली पतली कट के है ना शिमला मिर्च, गाजर ते मटर वगैरह, कैबेज भी पा सकते। ये हैगा रेड चिली पाउडर ते नमक, बस 2 ही मसाले मैं इहदे च पाए ने। ते इहदे च मैं एक होर मसाला पाया है, वो हैगा मैगी मसाला। ठीक है, वो ऑप्शनल है, तुसी पाना है ते पा सकते हो, नहीं तो एवें भी बहुत टेस्टी बनते ने। सो इहदे च मैं करता है मैगी मसाला ऐड। तुसी नहीं पाना ते अवॉइड भी कर सकते हो, बट मैनूं वधिया लगता है ता करके मैं इहदे च मिक्स कर लिया। ते हुण मैं इहदे च नींबू मिक्स करता है। नींबू तुसी अपने अकॉर्डिंगली मिक्स कर सकते हो, तुसी ज़्यादा इधर टेस्ट खट्टा रखना चाहते हो तो ज़्यादा नींबू पा दियो, मैं तो घट ही रखा सी। ते इहदे च करते हुण आपां ने चावल मिक्स। सो इन्हां नूं भी आपां ने 2-4 मिनट तक पकाना है, ज़्यादा नहीं। ये हो गए ने अपने सिंपल फ्राइड राइस रेडी। इन्हों चंगी तरह मिक्स कर देना है। तुसी वेखोगे चावल साढ़े बन के तैयार ने, बहुत ही ईजी बन जाते ने। उम्मीद करती हाँ ये रेसिपी थोड़े लिए यूजफुल होएगी। तो मेरे चैनल में सबसक्राइब कर लियो, तो बैल आइकन प्रेस कर दियो ताकि मेरे वीडियोज़ के नोटिफिकेशन थोड़ा मिलते रहन। वध तो वध शेयर करो, लाइक करो, तो कमेंट्स करो। तो वेज फ्राइड राइस की रेसिपी भी मैं थोड़े दिन ब्लॉग च पा दूँगी, तो तुसी बने रहो मेरे नाल एवें, है ना। तो ये ब्लॉग मैं इत्थे एंड कर दी हाँ। थैंक यू सो मच।